ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨਤੋਲਾ ਪ੍ਰਿੰਸਿੰਗ ਪੁਲਰ ਅਜੇ ਤੱਕ ਆਪਾਂ ਝੋਨਾ ਵੱਡਿਆਂ ਨਹੀਂ ਜਿੰਨਾ ਕਿਸਾਨ ਵੀਰਾਂ ਨੇ ਝੋਨਾ ਵੱਡ ਲਿਆ ਉਹ ਮੰਡੀਆਂ ਦੇ ਵਿੱਚ ਖੱਜਲ ਖਵਾਰ ਹੋਈ ਜਾਂਦੇ ਆ ਮੰਡੀਆਂ ਦੇ ਵਿੱਚ ਝੋਨਾ ਤੁਸੀਂ ਕਿਹੜਾ ਲੈ ਕੇ ਆਏ ਹੋ ਕਿੰਨਾ ਮੋਇਸਚਰ ਆ ਕੋਈ ਪੁੱਛਦਾ ਨਹੀਂਗਾ ਪਰੰਤੂ ਫੇਰ ਵੀ ਆਪਣੇ ਕਿਸਾਨ ਵੀਰਾਂ ਲਈ ਅੱਜ ਮੈਂ ਬਹੁਤ ਬਹੁਤ ਹੀ ਜ਼ਿਆਦੇ ਵੱਡੇ ਕੁਝ ਖਬਰੀ ਲੈ ਕੇ ਆਇਆ ਕਿ ਜਿਹੜੀ ਆਪਣੀਆਂ ਆਉਣ ਵਾਲੀਆਂ ਫਸਲਾਂ ਜਿਵੇਂ ਕਣਕਾਂ ਛੋਲੇ ਆ ਸਰੋਂ ਆ ਇਹਨਾਂ ਸਾਰੀਆਂ ਫਸਲਾਂ ਦਾ ਜਿਹੜਾ ਐਮ ਐਸ ਪੀ ਰੇਟ ਆ ਉਹ ਵਧਾ ਦਿੱਤਾ ਗਿਆਗਾ ਖਾਸ ਕਰਕੇ ਜਿੰਨਾ ਕਿਸਾਨ ਵੀਰਾਂ ਨੇ ਕਣਕ ਵੇਚਣੀ ਆ ਉਹਨਾਂ ਲਈ ਤਾਂ ਬਹੁਤ ਹੀ ਜਿਆਦੇ ਵੱਡੀ ਖੁਸ਼ਖਬਰੀ ਆ ਕਣਕ ਦਾ ਰੇਟ ਇਸ ਵਾਰ ਆਪਾਂ ਨੂੰ ਚੰਗਾ ਮਿਲਣ ਵਾਲਾ ਆ ਜਿੰਨਾ ਕਿਸਾਨ ਵੀਰਾਂ ਨੇ ਕਣਕ ਵੇਚਣੀ ਆ ਨਾ ਪਿਛਲੇ ਸਾਲ ਆਪਣੀ ਜਿਹੜੀ ਕਣਕ ਦਾ ਐਮ ਐਸ ਪੀ ਰੇਟ ਸੀ ਜਿਹੜਾ ਕਿ ਰੇਟ ਆਪਾਂ ਮੰਡੀਆਂ ਦੇ ਵਿੱਚ ਕਣਕੇ ਸਿੱਟਦੇ ਆ ਉਸ ਤੋਂ ਬਾਅਦ ਜਿਹੜਾ ਆਪ ਨੂੰ ਐਮਐਸਪੀ ਮਿਲਦਾ ਉਹ ਪਿਛਲੇ ਸਾਲ ਕਿੰਨਾ ਸੀਗਾ 2275 ਰੁਪਏ ਪ੍ਰਤੀ ਕੁਇੰਟਲ ਇਸ ਵਾਰ ਆਪਾਂ ਕਣਕ 2024 ਦੇ ਵਿੱਚ ਕਿੰਨੇ ਰੁਪਏ ਨੂੰ ਵੇਚਾਂਗੇ 2275 ਰੁਪਏ ਦੇ ਵਿੱਚ 150 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਤਾ ਤਾਂ ਇਸ ਵਾਰ ਜਿਹੜੀ ਆਪਣੀ ਕਣਕ ਆ 2024 ਦੇ ਵਿੱਚ ਪੂਰਾ 2425 ਰੁਪਏ ਪ੍ਰਤੀ ਕੁਇੰਟਲ ਵਿਕੂਗੀ 2425 ਰੁਪਏ ਇਸ ਵਾਰ ਰੇਟ ਆ ਆਪਣੀ ਕਣਕ ਦਾ ਹੁਣ ਜਿੰਨਾ ਕਿਸਾਨ ਵੀ ਰਾਣੇ 34 ਕੁਇੰਟਲ 35 ਕੁਇੰਟਲ ਕਣਕ ਕੱਢਦੀਆਂ ਵੈਸੇ ਇੰਨੀ ਕਣਕ ਕਦੇ ਵੀ ਹੁੰਦੀ ਨਹੀਂ ਨਾ ਹੋਵੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਸਾਲਾਂ ਦੇ ਵਿੱਚ ਕੋਈ ਆਪਣੀ ਯੂਨੀਵਰਸਿਟੀ ਵੈਰੈਟੀ ਕੱਢ ਦੇ ਜਿਹਦਾ ਝਾੜ 32 33 ਕੁਇੰਟਲ ਪ੍ਰਤੀ ਏਕੜ ਹੋਵੇ ਪਰੰਤੂ ਹਾਲੇ ਤੱਕ ਕੋਈ ਵੀ ਕਣਕ ਦੀ ਵੈਰੈਟੀ ਹੈ ਨਹੀਂ ਜਿਹੜੀ ਜਿਹਦਾ ਕਿ ਝਾੜ 34 35 ਕੁਇੰਟਲ ਪ੍ਰਤੀ ਏਕੜ ਆਜੇ ਇੰਨਾ ਦੜਾ ਤੁਹਾਡਾ ਨਹੀਂ ਪਵੇਗਾ ਇੰਨਾ ਗੱਲਾਂ ਤੋਂ ਬਚੋ ਕਿਉਂਕਿ ਰੋਲਾ ਪਿਛਲੀ ਵਾਰ ਵੀ ਬਹੁਤ ਪਾਇਆ ਤੇ ਹੁਣ ਇਸ ਵੇਲੇ ਵੀ ਪੈਣਾ ਬਈ ਹਾਂ ਇਸ ਵੈਰਾਈਟੀ ਦਾ 34 ਕੁਇੰਟਲ ਪ੍ਰਤੀ ਏਕੜ ਝਾੜ ਆਇਆਗਾ ਪਰੰਤੂ ਤੁਸੀਂ ਇੰਨਾ ਗੱਲਾਂ ਤੋਂ ਬਚ ਕੇ ਰਹਿਣਾ ਤੁਹਾਡੇ ਖੇਤਾਂ ਦੇ ਵਿੱਚ ਕਦੇ ਵੀ ਦੜਾ 34 35 ਕੁਇੰਟਲ ਦਾ ਨਹੀਂ ਪਵੇਗਾ ਇੰਨਾ ਦੜਾ ਤੁਹਾਡੇ ਝੋਨੇ ਦਾ ਪੈ ਜੇ ਬਹੁਤ ਵੱਡੀ ਗੱਲ ਆ ਹੁਣ ਅੱਗੇ ਗੱਲ ਕਰਦੇ ਹਾਂ ਸਰੋਂ ਦੀ ਤਾਂ ਸਰੋਂ ਦੇ ਰੇਟ ਦੇ ਵਿੱਚ ਵੀ ਲਗਭਗ 300 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾਗਾ ਤਾ ਇਸ ਵਾਰ ਸਰੋਂ ਦਾ ਸਰਕਾਰੀ ਰੇਟ 5950 ਰੁਪਏ ਪ੍ਰਤੀ ਕੁਇੰਟਲ ਆ ਜਿਹੜੀ ਐਮ ਐਸ ਪੀ ਹੈ ਨਾ ਉਹ ਆਪਾਂ ਨੂੰ 5950 ਰੁਪਏ ਪ੍ਰਤੀ ਕੁਇੰਟਲ ਸਰੋਂ ਦੀ ਮਿਲੇਗੀ ਹੁਣ ਇੱਥੇ ਆਪਣੇ ਕੁਝ ਕਿਸਾਨ ਵੀਰ ਕਹਿਣਗੇ ਜਰ 150 ਰੁਪਏ ਪ੍ਰਤੀ ਕੁਇੰਟਲ ਕਣਕ ਦਾ ਰੇਟ ਵਧਾਇਆ ਇਹ ਕੋਈ ਰੇਟ ਆ ਮਹਿੰਗਾਈ ਦੇਖ ਲਓ ਕਿੰਨੀ ਜ਼ਿਆਦਾ ਹੋ ਗਈ ਘੱਟੋ ਘੱਟ 3000 ਰੁਪਏ ਪ੍ਰਤੀ ਕੁਇੰਟਲ ਕਣਕ ਦਾ ਰੇਟ ਚਾਹੀਦਾ ਤਾਂ ਦੋਸਤੋ ਹੁਣ ਆ ਠੇਕਿਆਂ ਦਾ ਰੇਟ ਕੌਣ ਚੱਕਦਾਗਾ ਜਿਹੜੀ ਆਪਾਂ ਪਹਿਲੀ ਠੇਕੇ ਤੇ ਲੈਣੇ ਆਗੇ ਜ਼ਮੀਨ ਠੇਕੇ ਤੇ ਲੈਣੇ ਆ ਇਹ ਤਾਂ ਆਪਣੀ ਬੱਸ ਹੁੰਦਾ ਨਾ ਆਪਾਂ ਤਾਂ ਹੁਣੀ 80000 ਰੁਪਏ ਪ੍ਰਤੀ ਏਕ ਠੇਕਾ ਕਰਤਾ ਜੇ ਕਿਤੇ 3000 ਰੁਪਏ ਨੂੰ ਕਣਕ ਹੋ ਗਈ ਆਪਾਂ ਤਾਂ ਸਿੱਧਾ ਠੇਕਾ 2 ਲੱਖ ਤੇ ਮਾਰਾਂਗੇ ਇਹ ਕੋਈ ਬਾਲੀ ਵੱਡੀ ਗੱਲ ਨਹੀਂ 80000 ਰੁਪਏ ਤਾਂ ਹੋਣਾ ਹੁਣ ਆਪਣੀ ਜਿਹੜੀ ਸਰਕਾਰ ਆ ਉਹ ਅੰਨੀ ਬੋਲੀ ਤਾਂ ਨਹੀਂ ਉਹ ਸਾਰਾ ਕੁਝ ਪਤਾ ਲੱਗਦਾ ਵੀ 80-85000 ਪ੍ਰਤੀ ਏਕਣ ਠੇਕਾ ਦੇ ਹੀ ਨੁਕਸਾਨ ਹਲੇ ਕਹਿੰਦੇ ਇਹਨਾਂ ਨੂੰ ਕੁਝ ਪਜਦਾ ਨਹੀਂ ਤਾਂ ਪਹਿਲਾਂ ਆਪਣੇ ਆਪ ਵੱਲ ਨਿਗਾਹ ਮਾਰੋ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਤੇ ਧੰਨਵਾਦ ਦੋਸਤੋ